ਚਬਕੇ ਦਰਵੇਸ਼ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹਨਾਂ ਲੋਕਾਂ ਦੀ ਗੱਲ ਕਰਾਂਗੇ ਜੋ ਲੋਕ ਇਹ ਗੱਲ ਕਹਿੰਦੇ ਨੇ ਕਿ ਮੈਂ ਸਭ ਕੁਝ ਕਰਕੇ ਦੇਖ ਲਿਆ ਮੇਰਾ ਕੋਈ ਵੀ ਕੰਮ ਨਹੀਂ ਬੰਦਾ ਜਾਂ ਉਹ ਲੋਕ ਜੋ ਇਹ ਗੱਲ ਕਹਿੰਦੇ ਨੇ ਕਿ ਮੈਂ ਜੋ ਵੀ ਕੰਮ ਕਰਾਂ ਉਹ ਕੰਮ ਸਿਰੇ ਨਹੀਂ ਚੜਦਾ ਉਹ ਕੰਮ ਵਿਚਾਲੇ ਹੀ ਰੁਕ ਜਾਂਦਾ ਰੱਬ ਮੇਰਾ ਕੋਈ ਵੀ ਕੰਮ ਸਿਰੇ ਨਹੀਂ ਚੜਾਉਂਦਾ ਮੇਰੇ ਕੰਮ ਦੇ ਵਿੱਚ ਮੁਸ਼ਕਲਾਂ ਫਿਰ ਕਾਪਟਾਉਂਦੀਆਂ ਨੇ ਹੁਣ ਦੱਸੋ ਮੈਂ ਕੀ ਕਰਾਂ ਮੇਰੀ ਜ਼ਿੰਦਗੀ ਇੰਨੀ ਮੁਸ਼ਕਿਲ ਹੋ ਗਈ ਹੈ ਕਿ ਮੈਨੂੰ ਐਦਾਂ ਲੱਗਦਾ ਹੈ ਕਿ ਹੁਣ ਮੇਰਾ ਕੰਮ ਬਿਲਕੁਲ ਵੀ ਕੋਈ ਵੀ ਕੰਮ ਸਿਰੇ ਨਹੀਂ ਚੜੇਗਾ ਤਾਂ ਅੱਜ ਦੀ ਇਹ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਇਸ ਵੀਡੀਓ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਜੋ ਲੋਕ ਇਹ ਗੱਲ ਕਹਿੰਦੇ ਨੇ ਕਿ ਮੇਰਾ ਕੋਈ ਵੀ ਕੰਮ ਨਹੀਂ ਬਣਦਾ ਉਹਨਾਂ ਨੂੰ ਵੀਡੀਓ ਦੇ ਅੰਤ ਦੇ ਵਿੱਚ ਇੱਕ ਤੁਹਾਨੂੰ ਅਜੀਹਾ ਤਰੀਕਾ ਦੱਸਾਂਗੇ ਜਿਹਦੇ ਨਾਲ ਤੁਹਾਡਾ ਹਰ ਇੱਕ ਕੰਮ ਬਣੇਗਾ ਤੇ ਦੂਸਰਾ ਤੁਸੀਂ ਕੰਮ ਨਾ ਬਣਨ ਕਰਕੇ ਜੋ ਵੀ ਦੁਖੀ ਹੁੰਨੇ ਹੋ ਉਹ ਦੁਖੀ ਕਦੇ ਨਹੀਂ ਹੋਵੋਗੇ ਪਹਿਲਾਂ ਗੱਲ ਕਰਦੇ ਹਾਂ ਉਹਨਾਂ ਲੋਕਾਂ ਦੀ ਜੋ ਲੋਕ ਇਹ ਗੱਲ ਕਹਿੰਦੇ ਨੇ ਕਿ ਮੇਰਾ ਕੋਈ ਵੀ ਕੰਮ ਨਹੀਂ ਬਣਦਾ ਮੇਰੇ ਕੰਮ ਦੇ ਵਿੱਚ ਰੁਕਾਵਟਾਂ ਮੁਸੀਬਤਾਂ ਆਉਂਦੀਆਂ ਨੇ ਇੱਕ ਵਾਰੀ ਦੀ ਗੱਲ ਹੈ ਇੱਕ ਸੁਨਾਰ ਸੀ ਤੇ ਉਹ ਸੁਨਾਰ ਆਪਣੇ ਬੇਟੇ ਨੂੰ ਲੈ ਕੇ ਦੁਕਾਨ ਤੇ ਚਲਿਆ ਜਾਂਦਾ ਜਿੱਥੇ ਵੀ ਬੈਠ ਕੇ ਸੋਨੇ ਦਾ ਵਪਾਰ ਕਰਦਾ ਸੀ ਉਹ ਸੁਨਾਰ ਕੀ ਕਰਦਾ ਇੱਕ ਪੱਠੀ ਦੇ ਵਿੱਚ ਇੱਕ ਚਾਂਦੀ ਦਾ ਟੁਕੜਾ ਪਾਉਂਦਾ ਉਸ ਪੱਠੀ ਦੇ ਵਿੱਚ ਬਹੁਤ ਹੀ ਤੇਜ਼ ਅੱਗ ਚੱਲ ਰਹੀ ਸੀ ਜਦੋਂ ਉਹ ਚਾਂਦੀ ਦਾ ਟੁਕੜਾ ਉਸ ਪੱਠੀ ਦੇ ਵਿੱਚ ਪਾ ਦਿੰਦਾ ਤੇ ਉਸ ਚਾਂਦੀ ਦੇ ਟੁਕੜੇ ਤੇ ਉਹ ਸੁਨਾਰ ਆਪਣੀ ਨਿਗਾਹ ਬਣਾਈ ਰੱਖਦਾ ਜਦੋਂ ਉਸ ਦਾ ਬੇਟਾ ਇਹ ਸਭ ਕੁਝ ਕਰਦੇ ਨੂੰ ਉਸ ਸੁਨਾਰ ਨੂੰ ਦੇਖਦਾ ਤਾਂ ਉਸ ਸਵਾਲ ਕਰਦਾ ਹੈ ਕਿ ਪਾਪਾ ਤੁਸੀਂ ਇਹ ਚਾਂਦੀ ਦਾ ਟੁਕੜਾ ਅੱਗ ਦੇ ਵਿੱਚ ਕਿਉਂ ਰੱਖਿਆ ਤਾਂ ਉਸ ਦਾ ਪਾਪਾ ਉਸ ਨੂੰ ਦੱਸਦਾ ਹੈ ਕਿ ਇਹ ਚਾਂਦੀ ਦਾ ਟੁਕੜਾ ਅੱਗ ਦੇ ਵਿੱਚ ਤਾਂ ਰੱਖਿਆ ਕਿ ਇਸ ਚਾਂਦੀ ਦੇ ਵਿੱਚ ਜੋ ਵੀ ਅਸ਼ੁੱਧਤਾ ਹੈ ਉਹ ਬਾਹਰ ਨਿਕਲ ਜਾਵੇਗੀ ਤੇ ਇਹ ਚਾਂਦੀ ਬਿਲਕੁਲ ਚਮਕਣ ਲੱਗ ਜੇਗੀ ਫਿਰ ਉਹ ਸਵਾਲ ਕਰਦਾ ਹੈ ਕਿ ਪਾਪਾ ਤੁਸੀਂ ਇਹਦੇ ਕੋਲ ਕਿਉਂ ਬੈਠੇ ਹੋ ਇਹ ਤਾਂ ਆਪਣੇ ਆਪ ਹੀ ਹੋ ਸਕਦਾ ਤਾਂ ਫਿਰ ਸੁਨਿਆਰਾ ਆਪਣੇ ਪੁੱਤਰ ਨੂੰ ਜਵਾਬ ਦਿੰਦਾ ਹੈ ਕਿ ਮੈਂ ਆਪਣੀ ਨਿਗਾ ਇਸ ਤੇ ਬਣਾਈ ਰੱਖਾਂਗਾ ਕਿਉਂਕਿ ਜੇਕਰ ਜ਼ਿਆਦਾ ਇਹਨੂੰ ਸੇਕ ਲੱਗ ਗਿਆ ਤੇ ਹੋ ਸਕਦਾ ਚਾਂਦੀ ਵੀ ਖਰਾਬ ਹੋ ਜਾਵੇ ਜਦੋਂ ਇਹ ਚਾਂਦੀ ਬਿਲਕੁਲ ਸ਼ੁੱਧ ਤੇ ਚਮਕਣ ਲੱਗ ਜੇਗੀ ਮੈਂ ਉਸ ਨੂੰ ਅੱਗ ਦੇ ਵਿੱਚੋਂ ਕੱਢ ਕੇ ਇੱਕ ਸੁੰਦਰ ਗਹਿਣਾ ਬਣਾ ਦਾਂਗਾ ਇਸੇ ਤਰ੍ਹਾਂ ਆਪਣੇ ਦੇ ਨਾਲ ਹੁੰਦਾ ਆਪਣਾ ਰੱਬ ਆਪਣਾ ਪਰਮਾਤਮਾ ਆਪਣਾ ਮੁਰਸ਼ਿਦ ਆਪਣਾ ਪੀਰ ਆਪਣੇ ਕੰਮ ਵੀ ਤਾਂ ਹੀ ਰੋਕਦਾ ਹੈ ਆਪਣੇ ਰਾਹਾਂ ਦੇ ਵਿੱਚ ਰੁਕਾਵਟਾਂ ਵੀ ਮੁਸੀਬਤਾਂ ਵੀ ਤਾਂ ਹੀ ਲੈ ਕੇ ਆਉਂਦਾ ਹੈ ਕਿ ਆਪਾਂ ਵੀ ਉਸ ਪੱਠੀ ਦੇ ਵਿੱਚੋਂ ਲੰਘ ਕੇ ਇੱਕ ਵਧੀਆ ਇਨਸਾਨ ਦਾ ਰੂਪ ਲੈ ਸਕੀਏ ਤਾਂ ਜੋ ਆਪਾਂ ਵੀ ਇੱਕ ਵਧੀਆ ਇਨਸਾਨ ਭਾਵੇਂ ਇੱਕ ਵਧੀਆ ਗਹਿਣਾ ਬਣ ਸਕੀਏ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜਦੋਂ ਆਪਣਾ ਕੋਈ ਵੀ ਕੰਮ ਨਹੀਂ ਬਣ ਰਿਹਾ ਹੋਵੇ ਆਪਾਂ ਬਹੁਤ ਜ਼ੋਰ ਲਾ ਰਹੀ ਹੋਈਏ ਪਰ ਕੁਝ ਵੀ ਨਾ ਹੋ ਰਿਹਾ ਹੋਵੇ ਸਮਝ ਜਾਓ ਤੁਹਾਡੇ ਰੱਬ ਦੀ ਤੁਹਾਡੇ ਪੀਰ ਦੀ ਤੁਹਾਡੇ ਤੇ ਸਿੱਧੀ ਨਿਗਾਹ ਜਿੱਦਾਂ ਉਹ ਸੁਨਿਆਰੇ ਦੀ ਉਸ ਚਾਂਦੀ ਤੇ ਸੀ ਉਹ ਉਦੋਂ ਤੱਕ ਤੁਹਾਨੂੰ ਤਪਾਏਗਾ ਜਦੋਂ ਤੱਕ ਤੁਸੀਂ ਇੱਕ ਬਿਹਤਰ ਇਨਸਾਨ ਨਹੀਂ ਬਣ ਜਾਂਦੇ ਸੋ ਇਹਨਾਂ ਮੁਸੀਬਤਾਂ ਤੋਂ ਕਦੀ ਵੀ ਡਰਨਾ ਨਹੀਂ ਚਾਹੀਦਾ ਆਪਣੇ ਪੀਰ ਦਾ ਆਪਣੇ ਰੱਬ ਦਾ ਹਮੇਸ਼ਾ ਸ਼ੁਕਰ ਕਰਨਾ ਚਾਹੀਦਾ ਹੈ ਕਿ ਇਸ ਇਮਤਿਹਾਨ ਦੇ ਵਿੱਚੋਂ ਨਿਕਲਣ ਲਈ ਮੇਰਾ ਪੀਰ ਮੇਰਾ ਮੁਰਸ਼ਦ ਮੇਰੇ ਨਾਲ ਹੈ ਹੁਣ ਗੱਲ ਕਰਦੇ ਹਾਂ ਉਸ ਖਾਸ ਨੁਕਸੇ ਦੀ ਜਦੋਂ ਕੋਈ ਵੀ ਕੰਮ ਨਾ ਬਣ ਰਿਹਾ ਹੋਵੇ ਉਦੋਂ ਕਰਨਾ ਤੁਸੀਂ ਆਪਣਾ ਸਾਰਾ ਜ਼ੋਰ ਲਗਾ ਦਿੱਤਾ ਜੋ ਵੀ ਤੁਸੀਂ ਕਰ ਸਕਦੇ ਸੀ ਉਹ ਕਰ ਦਿੱਤਾ ਜਿਵੇਂ ਕਿ ਇੱਕ ਕਿਸਾਨ ਪਹਿਲਾਂ ਜ਼ਮੀਨ ਵਹੁੰਦਾ ਫਿਰ ਉਸ ਦੇ ਵਿੱਚ ਬੀਜ ਲਾਉਂਦਾ ਤੇ ਫਿਰ ਉਸ ਦੇ ਵਿੱਚ ਖਾਦ ਪਾ ਕੇ ਉਸ ਨੂੰ ਪਾਣੀ ਵਗੈਰਾ ਲਾ ਕੇ ਉਸ ਦੀ ਦੇਖਰੇਖ ਕਰਦਾ ਹੁਣ ਉਹ ਕਿਸਾਨ ਨੇ ਆਪਣਾ ਸਾਰਾ ਕੰਮ ਕਰ ਦਿੱਤਾ ਹੁਣ ਸਾਰਾ ਕੰਮ ਰੱਬ ਦਾ ਰਹਿ ਚੁੱਕਿਆ ਭਵ ਕੇ ਜਿੰਨਾ ਸਮਾਂ ਹੁਣ ਲੱਗਣਾ ਉਹ ਤਾਂ ਲੱਗੇਗਾ ਹੀ ਆਪਾਂ ਰੋਜ਼ ਉਹ ਗੇੜੇ ਜੇਕਰ ਖੇਤ ਦੇ ਵਿੱਚ ਮਾਰੀ ਜਾਈਏ ਤੇ ਉਹਦੇ ਨਾਲ ਫਸਲ ਜਿਹੜੀ ਛੇਤੀ ਨਹੀਂ ਪੱਕੇਗੀ ਰੱਬ ਨੇ ਜਿੰਨਾ ਟਾਈਮ ਲਾਉਣਾ ਉਹਨਾਂ ਲਾਏ ਗਈ ਇਸੇ ਤਰ੍ਹਾਂ ਆਪਣੇ ਨਾਲ ਹੁੰਦਾ ਆਪਾਂ ਆਪਣੇ ਕੰਮ ਲਈ ਜੋ ਵੀ ਸਾਰਾ ਕੁਝ ਕਰਨਾ ਸੀ ਉਹ ਕਰ ਦਿੱਤਾ ਤੇ ਅੱਗੇ ਬਾਅਦ ਦੇ ਵਿੱਚ ਆਪਾਂ ਨੂੰ ਆਪਣੇ ਪੀਰ ਮੁਰਸ਼ਦ ਰੱਬ ਤੇ ਛੱਡ ਦੇਣਾ ਚਾਹੀਦਾ ਕਿਉਂਕਿ ਹੁਣ ਆਪਣੇ ਹੱਥ ਬਸ ਕੁਝ ਨਹੀਂ ਹੈ ਤੇ ਆਪਣੀ ਪੇਸ਼ੰਤ ਰੱਖ ਕੇ ਭਗਵ ਦੇ ਸਬਰ ਰੱਖ ਕੇ ਆਪਣੇ ਪੀਰ ਮੁਰਸ਼ਿਦ ਤੇ ਯਕੀਨ ਰੱਖ ਕੇ ਬੈਠ ਜਾਣਾ ਚਾਹੀਦਾ ਕਿਉਂਕਿ ਹੁਣ ਜੋ ਵੀ ਕਰੇਗਾ ਉਹ ਰੱਬ ਹੀ ਕਰੇਗਾ ਰੱਬ ਵੀ ਇਹ ਗੱਲ ਕਹਿੰਦਾ ਕਿ ਤੂੰ ਆਪਣਾ ਜੋਰ ਲਾ ਦਿੱਤਾ ਤੂੰ ਠੀਕ ਹੈ ਹੁਣ ਮੈਨੂੰ ਆਪਣਾ ਕੰਮ ਕਰਨ ਦੇ ਆਸਹਿ ਵੀਰਾਂ ਨੂੰ ਸਮਝ ਲੱਗ ਚੁੱਕੀ ਹੋਣੀ ਹੈ ਕਿ ਮੈਂ ਕੀ ਕਹਿਣਾ ਚਾਹੁੰਦਾ ਉਹਨਾਂ ਵੀਰਾਂ ਨੂੰ ਆਪਣਾ ਸਾਰਾ ਕੰਮ ਰੱਬ ਤੇ ਛੱਡ ਦੇਣਾ ਚਾਹੀਦਾ ਏਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵਕੇ ਦਰਵੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਦਾਤਾਈ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ